ਹੈਗਾ ਸਮੋਸੇ ਵਰਗਾ ਮੂੰਹ ਮੇਰਾ। ਬਸ ਠੀਕ ਹੈ ਕੀ ਲੈਣਾ ਆ ਮੈਂ ਚੱਕ ਕੇ ਦੇਵਾਂ ਚੱਲ। ਉਹਦਾ ਡੁੱਗੂ ਬੋਕਰ ਚੱਕੀ ਫਿਰਦਾ ਕਹਿੰਦੇ ਮੈਂ ਬੋਕਰ ਲਾਉਣੀ ਹੈ ਆ ਕਹਿੰਦੇ ਮੈਨੂੰ ਵੀ ਬੋਕਰ ਦੇ ਹੁਣ ਕਿੱਥੇ ਪਈ ਹੈ ਹੈ ਇੱਧਰ ਇੱਕ ਆ ਵੀ ਛੋਟੀ ਜਿਹੀ ਬੋਕਰ ਇਹਨੂੰ ਫੜਾ ਦੇ ਲੈ ਖੁਸ਼ ਹੋ ਗਿਆ ਖੁਸ਼ ਹੋ ਗਿਆ ਖੁਸ਼ ਹੋ ਗਿਆ ਲਓ ਭਾਈ ਦੋ ਬੰਦੇ ਹੋ ਗਏ ਸਾਡੇ ਘਰੇ ਕੰਮ ਆਏ ਨਾ ਪੁੱਤ ਖਾਣ ਦੇ ਰੋਟੀ ਉਹਨੂੰ ਇੱਧਰ ਆਇਆ ਨਾ ਡੁੱਗੂ ਯਾਰ ਮੋਕਰ ਤੋਂ ਡਰਦਾ ਪੁੱਤ ਕੁੱਤਾ ਜਾ ਰੋਟੀ ਇੱਕ ਹੋਰ ਦੇਖ ਕੇ ਛੋਟੇ ਕੁੱਤੇ ਨੂੰ ਪਾਵਾਂਗੇ ਜਾ ਡੁੱਗੂ ਇੱਧਰ ਦੇ ਮੈਂ ਪਾਊਂਗਾ ਛੋਟੇ ਨੂੰ ਪੌੜੀ ਉਹਨਾਂ ਦੇ ਛੋਟੇ ਉੱਧਰ ਇੱਧਰ ਇੱਧਰ ਰੱਖ ਕੇ ਪਾ ਇੱਥੇ ਇੱਥੇ ਜਿਹਦਾ ਵੱਡਾ ਕੁੱਤਾ ਖੋਲੂਗਾ ਉਹਦੇ ਤੋਂ ਇੱਥੇ ਰੱਖ ਦੇ ਹਾਂ ਤੂੰ ਨਹੀਂ ਸਾਰੀ ਇਹਨੇ ਤਿੰਨ ਚਾਰ ਰੋਟੀਆਂ ਖਾ ਲਈਆਂ ਅਤੇ ਫਿਰ ਰੋਟੀਆਂ ਦੇ ਦੁਆਲੇ ਖੜਾ ਅਤੇ ਇਹ ਛੋਟੇ ਕਤੂਰਿਆਂ ਵਾਸਤੇ ਜੇ ਉਹਨਾਂ ਨੂੰ ਮੈਂ ਸਿੱਟਤੀਆਂ ਤਾਂ ਇਹ ਖੋਲੂਗਾ ਉਹਨਾਂ ਤੋਂ ਇਹਨੇ ਖਾਣ ਨਹੀਂ ਦੇਣੀ ਆ ਉਹ ਪਾ ਦੀ ਛੋਟੇ ਕੁੱਤੇ ਨੇ ਵੀ ਇੱਕ ਰੋਟੀ ਅਤੇ ਇਹਦੇ ਦੁਆਲੇ ਮੈਂ ਖੜਾ ਮੈਨੂੰ ਆਇਆ ਕਿਤੇ ਉਹਦੀ ਰੋਟੀ ਨਾ ਖੋਲੇ ਉਹਨੂੰ ਮੈਂ ਰੋਕ ਕੇ ਖੜਾ ਇੱਥੇ ਜੇ ਨਾ ਰੁਕਿਆ ਤਾਂ ਖੋਲਾ ਖੜ ਜਾ ਚੱਲ ਆਉਂਦਾ ਸੀ ਨਾ ਉਹਦੀ ਰੋਟੀ ਖੋਣ ਵਾਸਤੇ ਤਿੰਨ ਚਾਰ ਖਾ ਗਿਆ ਬਸ ਹੋ ਗਈ ਫਿਨਿਸ਼ ਖਾ ਗਿਆ ਚੱਲ ਭਾਈ ਖਾ ਗਿਆ ਚੱਲ ਭੱਜ ਜਾ ਭੱਜ ਜਾ ਹੁਣ ਤੂੰ ਵੀ ਜਾ ਚਲੋ 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 ਪਾ ਦੀਆਂ ਰੋਟੀਆਂ ਸਾਰੀਆਂ ਆ ਜਾ ਬਸ ਰੋਟੀ ਖਤਮ ਹੋ ਗਈ ਬਸ ਹੁਣ ਨਹੀਂ ਆਉਂਦਾ ਕੁੱਤਿਆਂ ਦਾ ਬੜਾ ਚਾਅ ਰਹਿੰਦਾ ਇਹਨੂੰ ਦੇਖੀ ਲੈ ਕੁੱਤਿਆਂ ਦੀ ਲੜਾਈ ਹੋ ਗਈ ਚਾਰ ਇੱਧਰ ਹੋ ਗਏ ਤਿੰਨ ਚਾਰ ਉੱਧਰ ਹੋ ਗਏ ਭਜਾ ਤੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਡਾਕਟਰ ਹਰਦੀਪ ਆਇਆ ਦਾ ਨਵਾਂ ਵਲੋਗ ਕਰਦੇ ਸ਼ੁਰੂ ਵੀਡੀਓ ਸਕਿੱਪ ਨਾ ਕਰੇ ਪੂਰਾ ਦੇਖਿਓ ਵੀਡੀਓ ਕਰਾਂਗੇ ਤੁਹਾਡੇ ਨਾਲ ਸ਼ੇਅਰ ਤੇ ਅੱਜ ਕੀ ਕਰਾਂਗੇ ਫੇਰ ਤੇ ਸੁਬਾਹ ਸੁਬਾਹ ਕੁੱਤਿਆਂ ਨੂੰ ਰੋਟੀਆਂ ਪਾ ਕੇ ਕੁੱਤਿਆਂ ਦੀ ਸੇਵਾ ਕਰਕੇ ਤੇ ਦਿਲ ਖੁਸ਼ ਹੋ ਗਿਆ ਜਾਨਵਰਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੇ ਮੇਰੀ ਸ਼ੁਰੂ ਤੋਂ ਆਦਤ ਸਾਡੇ ਦੋ ਤਿੰਨ ਜਿੰਨੀਆਂ ਵੀ ਰੋਟੀਆਂ ਵੱਜ ਜਾਣ ਮੈਂ ਸਵੇਰੇ ਉੱਠ ਕੇ ਕੁੱਤਿਆਂ ਨੂੰ ਪਾ ਦਿੰਦਾ ਜਾਂ ਵਾਰਾ ਪਸ਼ੂਆਂ ਨੂੰ ਪਾ ਦਿੰਦਾ ਤੇ ਪਹਿਲਾਂ ਵੀ ਹੁਣ ਤਾਂ ਚਲੋ ਆਹ ਵੀਡੀਓ ਬਣਾਈ ਜਾਂਦੇ ਪਹਿਲਾਂ ਵੀ ਮੈਂ ਸ਼ੁਰੂ ਤੋਂ ਹੀ ਆਦਤ ਆ ਮੇਰੀ ਜਿੱਦਾਂ ਦੇ ਅਸੀਂ ਇੱਥੇ ਬੁਰਜ 'ਚ ਆ ਗਏ ਜਾਨਵਰਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਅਤੇ ਮੇਰੀ ਸ਼ੁਰੂ ਤੋਂ ਆਦਤ ਆ ਜਦੋਂ ਦੇ ਅਸੀਂ ਇੱਥੇ ਬੁਰਜ 'ਚ ਆਏ ਦੋ ਤਿੰਨ ਰੋਟੀਆਂ ਜਾਂ ਜਿੰਨੀਆਂ ਵੀ ਵੱਜ ਜਾਣ ਸਵੇਰੇ ਉੱਠ ਕੇ ਮੈਂ ਜੋ ਕੁੱਤੇ ਨੂੰ ਪਾ ਦਿੰਦਾ ਜਾਂ ਗਊਆਂ ਨੂੰ ਪਾ ਦਿੰਦਾ ਗਊਸ਼ਾਲਾ ਵਾਲੇ ਵੀ ਆਉਂਦੇ ਸਾਡੇ ਪਿੰਡ ਰੇੜੀਆਂ ਮੈਂ ਗਊਸ਼ਾਲਾ ਨੂੰ ਕਦੇ ਨਹੀਂ ਰੋਟੀ ਪਾਈ ਕਿਉਂਕਿ ਉਹਨਾਂ ਨੂੰ ਤਾਂ ਗਊਸ਼ਾਲਾ 'ਚ ਕੁਛ ਨਾ ਕੁਛ ਖਾਣ ਨੂੰ ਮਿਲ ਹੀ ਜਾਊਗਾ ਪਰ ਜਿਹੜੇ ਅਵਾਰਾ ਪਸ਼ੂ ਜੋ ਕੁੱਤੇ ਫਿਰਦੇ ਆ ਇਹਨਾਂ ਨੂੰ ਵਿਚਾਰੇ ਨੂੰ ਕੁਛ ਨਹੀਂ ਮਿਲਣਾ ਅਤੇ ਮੈਂ ਇਹਨਾਂ ਨੂੰ ਪਾਉਣਾ ਜਿਹੜੇ ਅਵਾਰਾ ਪਿੰਡ 'ਚ ਫਿਰਦੇ ਰਹਿੰਦੇ ਆ ਅਤੇ ਮੈਂ ਤੁਹਾਨੂੰ ਵੀ ਇਹੀ ਕਹੂੰਗਾ ਤੁਹਾਡੇ ਘਰੇ ਕੋਈ ਇੱਕ ਦੋ ਰੋਟੀਆਂ ਬਚ ਵੀ ਜਾਂਦੀਆਂ ਤਾਂ ਸਿੱਟਣ ਦੀ ਬਜਾਏ ਉਹਨਾਂ ਨੂੰ ਅਵਾਰਾ ਕੁੱਤਿਆਂ ਨੂੰ ਜਾਂ ਪਸ਼ੂਆਂ ਨੂੰ ਪਾ ਦਿਆ ਕਰੋ ਆ ਲਓ ਆ ਫੇਰ ਆ ਗਿਆ ਕਿਉਂਕਿ ਸਵੇਰੇ ਸਵੇਰੇ ਇਹਨਾਂ ਨੂੰ ਪਤਾ ਹੁੰਦਾ ਇੱਥੇ ਕੁਛ ਨਾ ਕੁਛ ਮਿਲੂਗਾ ਖਾਣ ਨੂੰ ਤਾਂ ਇੱਥੇ ਕਿਹੜੇ ਕੱਢਣ ਲੱਗ ਗਏ ਠੀਕ ਹੈ ਬਸ ਦਾ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਡਾਕਟਰ ਹਰਦੀਪ ਦੇ ਦਾ ਨਵਾਂ ਬਲੌਗ ਕਰਦੇ ਸ਼ੁਰੂ ਵੀਡੀਓ ਸਕਿੱਪ ਨਾ ਕਰੇ ਪੂਰਾ ਦੇਖਿਓ ਵੀਡੀਓ ਕਰਾਂਗੇ ਤੁਹਾਡੇ ਨਾਲ ਸ਼ੇਅਰ ਦੇ ਅੱਜ ਕੀ ਕਰਾਂਗੇ ਫੇਰ ਅਤੇ ਅੱਜ ਅਸੀਂ ਬਹਿ ਕੇ ਕੁਰਸੀ 'ਤੇ ਆਰਾਮ ਨਾਲ ਟੌਰ ਨਾਲ ਬਲੌਗ ਸ਼ੁਰੂ ਕਰੀ ਜਾਂਦੇ ਹਾਂ ਕਿਉਂਕਿ ਅੱਜ ਵੀਡੀਓ ਪੂਰੀ ਲੰਮੀ ਬਣਾਉਣੀ ਹੈ ਅਸੀਂ ਅਤੇ ਕੈਮਰੇ ਨੂੰ ਅਸੀਂ ਸਟੈਂਡ 'ਤੇ ਟੰਗਤਾ ਸਟੈਂਡ 'ਤੇ ਟੰਗ ਕੇ ਫੇਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਅੱਜ ਲੰਮੀਆਂ ਅਤੇ ਡੂੰਘੀਆਂ ਅਤੇ ਵੀਡੀਓ ਦੇਖ ਝੁੱਟ ਸਹੀ ਆਈ ਜਾਂਦੀ ਜਮਾਂ ਕੈਂਟ ਆ ਜਮਾਂ ਸੋਹਣਾ ਉਹਨਾਂ ਨੇ ਪੂਰਾ ਮੈਂ ਕਮੀ ਪੇਸ਼ੀ ਤਾਂ ਨਹੀਂ ਹੈਗੀ ਕਿਸੇ ਪਾਸੇ ਦੇਖ ਲਈ ਹੁਣ ਤਾਂ ਹੈਗਾ ਸਮੋਸੇ ਵਰਗਾ ਮੂੰਹ ਮੇਰਾ ਬਸ ਠੀਕ ਹੈ ਅਤੇ 855 ਦਾ ਅੱਜ ਹਾਫ ਡੇ ਸੀਗਾ ਸਕੂਲੋਂ ਆ ਗਿਆ ਇਹ ਜਲਦੀ ਟਾਈਮ ਨਾਲ ਅਤੇ ਸਾਡੇ ਇੱਕ ਤਾਂ ਵੀਡੀਓ ਬਣਾਉਣਾ ਬਹੁਤ ਔਖਾ ਕੰਮ ਹੈ ਅਤੇ ਕਦੇ ਤਾਂ ਕੋਈ ਬੁਲਟ ਆ ਗਿਆ ਕਦੇ ਬੱਸ ਆ ਗਈ ਕਦੇ ਗੱਡੀ ਆ ਗਈ ਕਦੇ ਕੁਛ ਇੱਕ ਸਾਡੇ ਗੁਆਂਢ 'ਚ ਵਰਕਸ਼ਾਪ ਹੈ ਸੜੇ ਜਿਹੇ ਬੰਦੇ ਦੀ ਹੈਪੀ ਦੀ ਉਹਦੇ ਗਰੈਂਡਰ ਦਾ ਖੜਕਾ ਇੱਥੇ ਤੱਕ ਆਉਂਦਾ ਹੁਣ ਉਹਨੂੰ ਸਪੈਸ਼ਲ ਜਾ ਕੇ ਕਹਿ ਕੇ ਆਇਆ ਭਾਈ ਤੇਰਾ ਗਰੈਂਡਰ ਬੰਦ ਕਰ ਦੋ ਮਿੰਟ ਅਸੀਂ ਵੀਡੀਓ ਬਣਾਉਣੀ ਹੈ ਖੜਕਾ ਉਹਦਾ ਵੀਡੀਓ 'ਚ ਫਿਰ ਸਮਝ ਨਹੀਂ ਲੱਗਦੀ ਗੱਲਾਂ ਦੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਪੰਜਾਬੀ ਸਿਖਾਵਾਂਗੇ ਅਤੇ ਬਹੁਤ ਬੰਦੇ ਸਿੱਖਣ ਨੂੰ ਫਿਰਦੇ ਪੰਜਾਬੀ ਪਰ ਉਹਨਾਂ ਨੂੰ ਸਿਖਾਉਣ ਵਾਲਾ ਕੋਈ ਹੈ ਨਹੀਂ ਗਾ ਵੈਸੇ ਤਾਂ ਮੈਨੂੰ ਪਤਾ ਲੱਗਾ ਜਿਹੜੇ ਬੰਦੇ ਮੇਰੀ ਵੀਡੀਓ ਦੇਖਦੇ ਉਹਨਾਂ ਨੂੰ ਸਾਰਿਆਂ ਨੂੰ ਪੰਜਾਬੀ ਆਉਂਦੀ ਹੈ ਪਰ ਇਹ ਵੀਡੀਓ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਨਹੀਂ ਅਤੇ ਪੰਜਾਬੀ ਸਿੱਖਣਾ ਚਾਹੁੰਦੇ ਆਪਾਂ ਉਹਨਾਂ ਨੂੰ ਪੰਜਾਬੀ ਸਿਖਾਵਾਂਗੇ ਕੁਛ ਕੁ ਸ਼ਬਦ ਮੈਂ ਲਿਖੀ ਬੈਠਾ ਜਿਹੜੇ ਮੇਰੇ ਇਤਿਹਾਸ 'ਚ ਹੈਗੇ ਸੀ ਜਿਹੜੇ ਬੰਦੇ ਪੰਜਾਬੀ ਸਿੱਖਣ ਦੇ ਚਾਹਵਾਨ ਆ ਤਾਂ ਉਹਨਾਂ ਨੇ ਟੈਨਸ਼ਨ ਨਹੀਂ ਲੈਣੀ ਬਸ ਹੁਣ ਆਪਾਂ ਤੁਹਾਨੂੰ ਪੰਜਾਬੀ ਸਿਖਾ ਦਾਂਗੇ ਜਮਾਂ ਟ੍ਰੇਨ ਕਰ ਦਾਂਗੇ ਜਿਹੜੇ ਜਿਹੜੇ ਪੰਜਾਬੀ ਸਿੱਖਣਾ ਚਾਹੁੰਦੇ ਆ ਅਤੇ ਬਸ ਤੁਸੀਂ ਵੀਡੀਓ ਨਾਲ ਬਣੇ ਰਹਿਣਾ ਸਕਿੱਪ ਨਹੀਂ ਕਰਨਾ ਪੂਰਾ ਦੇਖਣਾ ਬਸ ਅਤੇ ਸਭ ਤੋਂ ਪਹਿਲਾਂ ਮੰਨ ਲਓ ਹੁੰਦਾ ਥੱਲੇ ਦਾ ਮਤਲਬ ਹੁੰਦਾ ਨੀਚੇ ਵੀ ਜਿਵੇਂ ਕੋਈ ਜਾਨਵਰ ਆ ਗਿਆ ਮੰਨ ਲਓ ਆਪਣੇ ਪੈਰ ਦੇ ਥੱਲੇ ਆਪਾਂ ਕਹਿ ਦਿੰਦੇ ਵੀ ਜਾਨਵਰ ਆ ਗਿਆ ਪੈਰ ਦੇ ਥੱਲੇ ਉਹਦਾ ਮਤਲਬ ਹੁੰਦਾ ਨੀਚੇ ਮੇਰੇ ਪੈਰ ਕੇ ਨੀਚੇ ਕੋਈ ਜਾਨਵਰ ਆ ਗਿਆ ਜਾਂ ਕੀੜਾ ਮਕੌੜਾ ਕੁਛ ਵੀ ਲਗਾ ਲਓ ਦੂਸਰਾ ਸ਼ਬਦ ਹੈਗਾ ਉੱਤੇ ਉੱਤੇ ਦਾ ਮਤਲਬ ਉੱਪਰ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਵੀ ਆਹ ਚੀਜ਼ ਉੱਤੇ ਰੱਖਦੇ ਉੱਪਰ ਰੱਖਦੇ ਕੋਠੇ 'ਤੇ ਰੱਖਦੇ ਜਾਂ ਛੱਤ 'ਤੇ ਰੱਖਦੇ ਅਤੇ ਹਿੰਦੀ 'ਚ ਕਹਿੰਦੇ ਨੇ ਵੀ ਜੇ ਛੱਤ ਕੇ ਉੱਪਰ ਰੱਖਦੇ ਕੋਈ ਵੀ ਚੀਜ਼ ਲਗਾ ਲਓ ਵੀ ਛੱਤ ਕੇ ਉੱਪਰ ਰੱਖਦੇ ਉੱਤੇ ਦਾ ਮਤਲਬ ਉੱਪਰ ਉਦੋਂ ਬਾਅਦ ਆ ਗਿਆ ਜੀ ਕੋਲੇ ਕੋਲੇ ਦਾ ਮਤਲਬ ਹੁੰਦਾ ਪਾਸ ਜਿਵੇਂ ਪੰਜਾਬੀ 'ਚ ਤਾਂ ਇਹ ਕਹਿ ਦਾਂਗੇ ਵੀ 855 ਮੇਰੇ ਕੋਲੇ ਬੈਠਾ ਅਤੇ ਹਿੰਦੀ 'ਚ ਕਹਿ ਦਾਂ ਕਿ 855 ਮੇਰੇ ਪਾਸ ਬੈਠਾ ਕੋਲੇ ਦਾ ਮਤਲਬ ਪਾਸ ਇਦੋਂ ਬਾਅਦ ਆ ਜਾਂਦਾ ਕੀ ਹੈ ਇਹ ਸਿੱਟ ਦੇ
ਇਸ ਤੋਂ ਬਾਅਦ ਪੰਜਾਬੀ ਦਾ ਆਦਤ ਦੇ ਸ਼ਬਦ ਮੇਨ ਮੇਨ ਸ਼ਬਦ ਆ ਜਿਹੜੇ ਹਰੇਕ ਗੱਲ 'ਚ ਵਰਤੇ ਜਾਂਦੇ ਉਹ ਸ਼ਬਦ ਦੱਸੀ ਜਾਣਾ ਤੁਹਾਨੂੰ ਅਤੇ ਉਦੋਂ ਬਾਅਦ ਆ ਜਾਂਦੇ ਸਿੱਟਦੇ ਸਿੱਟਦੇ ਦਾ ਮਤਲਬ ਹੁੰਦਾ ਹੈ ਫੇਂਕਦੇ ਵੀ ਜੈਸੇ ਕੋਈ ਵੀ ਚੀਜ਼ ਲਗਾ ਲਓ ਜੈਸੇ ਮੈਂ ਇਸ ਕੋ ਬੋਲ ਦੂੰ 855 ਕੋ ਵੀ ਜੇ ਚੀਜ਼ ਬਾਹਰ ਫੇਂਕ ਕੇ ਆ ਮਤਲਬ ਸਿੱਟਦੇ ਉਦੋਂ ਬਾਅਦ ਆ ਜਾਂਦਾ ਜੀ ਕਿੱਥੇ ਜੈਸੇ ਕਿੱਥੇ ਦਾ ਮਤਲਬ ਕਹਾਂ ਜਿਵੇਂ ਮੈਂ 855 ਨੂੰ ਕਿਹਾ ਤਾ ਵੀ ਕਿੱਥੇ ਜਾਣਾ ਹਿੰਦੀ 'ਚ ਬੋਲਾਂਗੇ ਵੀ ਕਹਾਂ ਜਾ ਰਿਹਾ ਹੈ ਕਿੱਥੇ ਦਾ ਮਤਲਬ ਕਹਾਂ ਉਦੋਂ ਬਾਅਦ ਆ ਜਾਂਦਾ ਕਿਵੇਂ ਕਿਵੇਂ ਦਾ ਮਤਲਬ ਕੈਸੇ ਅਤੇ ਜਿਵੇਂ ਮੈਂ 855 ਨੂੰ ਕਹਿਤਾ ਵੀ ਹੋਰ ਕਿਵੇਂ ਕੀ ਹਾਲ ਹੈ ਕਿਵੇਂ ਦਾ ਮਤਲਬ ਕੈਸੇ ਅਤੇ ਹਿੰਦੀ 'ਚ ਬੋਲਾਂਗੇ ਕੈਸੇ ਹੋ ਪੰਜਾਬੀ 'ਚ ਬੋਲਾਂਗੇ ਕਿਵੇਂ ਆ ਹਿੰਦੀ ਮੈਂ ਬੋਲੇਗੇ ਕੈਸੇ ਹੋ ਉਦੋਂ ਬਾਅਦ ਆ ਜਾਂਦਾ ਤੁਸੀਂ ਤੁਸੀਂ ਦਾ ਮਤਲਬ ਆਪ ਪੰਜਾਬੀ ਮੈਂ ਐਸੇ ਬੋਲਦੇ ਤੇ ਜੈਸੇ ਤੁਸੀਂ ਕਿਵੇਂ ਹੋ ਔਰ ਹਿੰਦੀ ਮੈਂ ਬੋਲਦੇ ਕਿ ਆਪ ਕੈਸੇ ਹੋ ਤੁਸੀਂ ਦਾ ਮਤਲਬ ਆਪ ਉਦੋਂ ਬਾਅਦ ਆਉਣਾ ਜੈਸੇ ਮੈਂ 855 ਕੋ ਫੋਨ ਕਰਕੇ ਬੋਲਦਾ ਹੂੰ ਤੂੰ ਮੇਰੀ ਦੁਕਾਨ 'ਤੇ ਕਦੋਂ ਕੁ ਆਉਣਾ ਆਉਣਾ ਦਾ ਮਤਲਬ ਹੁੰਦਾ ਆਉਣਾ ਵੀ ਆਪ ਮੇਰੀ ਦੁਕਾਨ 'ਤੇ ਕਬ ਆ ਰਹੇ ਹੋ ਆਉਣਾ ਮਤਲਬ ਆਉਣਾ ਉਦੋਂ ਬਾਅਦ ਆ ਗਿਆ ਜੀ ਸਾਡਾ ਸਾਡਾ ਮਤਲਬ ਹਮਾਰਾ ਜੈਸੇ ਕੋਈ ਵੀ ਚੀਜ਼ ਬੋਲ ਦਿਉ ਜੈਸੇ ਮੈਂ ਬੋਲ ਦੂੰ 855 ਕੋ ਵੀ ਆ ਘਰ ਸਾਡਾ ਸਾਡੇ ਦਾ ਮਤਲਬ ਹਮਾਰਾ ਹਿੰਦੀ ਮੈਂ ਬੋਲਦੀ ਜੇ ਘਰ ਹਮਾਰਾ ਉਦੋਂ ਬਾਅਦ ਆ ਗਿਆ ਤੁਹਾਡਾ ਮਤਲਬ ਤੁਹਾਰਾ ਜੈਸੇ ਮੈਂ ਇਸ ਕੋ ਬੋਲ ਦੂੰ ਆ ਘਰ ਤੁਹਾਡਾ ਹਿੰਦੀ ਮੈਂ ਬੋਲਾਂਗੇ ਜੇ ਘਰ ਤੁਹਾਰਾ ਬਸ ਇੰਨੇ ਕੁ ਸੀਗੇ ਸਾਡੇ ਧਿਆਨ 'ਚ ਇੰਨੇ ਕੁ ਅਸੀਂ ਤੁਹਾਨੂੰ ਦੱਸਤੇ ਸਿਖਾਤੇ ਸਮਝਾਤੇ ਅਤੇ ਜੇ ਤੁਸੀਂ ਚੰਗੀ ਤਰ੍ਹਾਂ ਸਿੱਖਣੇ ਤਾਂ ਵੀਡੀਓ 2-3 ਵਾਰੀ ਦੇਖ ਲਿਓ ਅਤੇ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਸਿੱਖ ਲਓਗੇ ਬਾਕੀ ਜੇ ਕੋਈ ਹੋਰ ਸ਼ਬਦ ਹੁੰਦੇ ਜਿਹੜੇ ਤੁਸੀਂ ਸਿੱਖਣਾ ਚਾਹੁੰਦੇ ਹੋ ਜਿਹੜੇ ਤੁਹਾਨੂੰ ਪਤਾ ਹੈ ਵੀ ਹਾਂ ਆਹ ਚੀਜ਼ ਬਾਰੇ ਨਹੀਂ ਦੱਸਿਆ ਜਾਂ ਕਿਵੇਂ ਉਹ ਤੁਸੀਂ ਸਾਨੂੰ ਜਾਂ ਕਮੈਂਟ ਕਰ ਦਿਓ ਜਾਂ ਸਾਡੀ ਇੰਸਟਾਗ੍ਰਾਮ ਆਈਡੀ 'ਤੇ ਮੈਸੇਜ ਕਰ ਦਿਓ ਅਤੇ ਉੱਥੇ ਆਪਾਂ ਤੁਹਾਨੂੰ ਰਿਪਲਾਈ ਦੇ ਦਾਂਗੇ ਅਤੇ ਵੀਡੀਓ ਵੀ ਬਕਾਇਦਾ ਹੋਰ ਬਣਾ ਕੇ ਪਾਵਾਂਗੇ ਜੇ ਵਧੀਆ ਰਿਸਪੋਂਸ ਮਿਲਿਆ ਇਸ ਚੀਜ਼ ਦਾ ਇਹ ਮੇਰੇ ਧਿਆਨ 'ਚ ਬੈਠੀ ਬੈਠੀ ਇੱਕਦਮ ਆਈਡੀਆ ਆ ਗਿਆ ਵੀ ਪੰਜਾਬੀ ਸਿਖਾਉਣ ਵਾਲਾ ਕੋਈ ਵੀ ਨਹੀਂ ਹੈਗਾ ਯੂਟਿਊਬ 'ਤੇ ਕੋਈ ਵੀ ਨਹੀਂ ਹੈਗਾ ਮੈਂ ਸੋਚਿਆ ਵੀ ਚਲੋ ਆਪਾਂ ਵਿੱਚ ਬਲੌਗ ਦੇ ਨਾਲ ਨਾਲ ਪੰਜਾਬੀ ਸਿਖਾਉਣੀ ਸ਼ੁਰੂ ਕਰ ਦਈਏ ਕਿਉਂਕਿ ਬਹੁਤ ਬੰਦੇ ਅੱਜ ਕੱਲ੍ਹ ਪੰਜਾਬੀ ਸਿੱਖਣਾ ਚਾਹੁੰਦੇ ਪਰ ਉਹਨੂੰ ਸਿਖਾਉਣ ਵਾਲਾ ਕੋਈ ਨਹੀਂ ਹੈਗਾ ਅਤੇ ਬਸ ਤੁਸੀਂ ਹੁਣ ਸਾਡੇ ਹੁੰਦੇ ਟੈਨਸ਼ਨ ਨਹੀਂ ਲੈਣੀ ਅਤੇ ਅਸੀਂ ਤੁਹਾਨੂੰ ਪੰਜਾਬੀ ਸਿਖਾ ਕੇ ਹਟਾਂਗੇ ਅਤੇ ਬਾਕੀ ਬਲੌਗ ਕਰਦੇ ਹਾਂ ਕੰਟੀਨਿਊ ਅਤੇ 855 ਸਭ ਕੁਛ ਕਹਿਣਾ ਚਾਹੋਗੇ ਤੁਸੀਂ ਬਸ ਸਹੀ ਕਰਾ ਕੇ ਸਾਰਾ ਕੁਛ ਬੋਲਿਆ ਸਹੀ ਹੈ ਗਲਤ ਤਾਂ ਨਹੀਂ ਬੋਲਿਆ ਬਸ ਜਮਾਂ ਸਹੀ ਦੱਸ ਦੀ ਕਿਤੇ ਬੇਇੱਜ਼ਤੀ ਕਰਾ ਦੇ ਸਿਆਣੇ ਬਣੇ ਬੰਦੇ ਪੱਕੀ ਗੱਲ ਠੀਕ ਹੈ ਮੈਂ ਮੁੰਡੇ ਨੇ ਪਾਸ ਕਰਤਾ ਜੀ ਆਪਣਾ ਅਤੇ ਸਟੈਂਡ 'ਤੇ ਕੈਮਰਾ ਟੰਗ ਕੇ ਮੈਂ ਪਹਿਲੀ ਵਾਰੀ ਵੀਡੀਓ ਬਣਾਈ ਜਾਂਦਾ ਪਹਿਲਾਂ ਲਗਭਗ ਵੀਡੀਓ ਸਾਰਾ ਫੋਨ ਹੱਥ 'ਚ ਫੜ ਕੇ ਫੇਰ ਹੀ ਬਣਾਉਂਦਾ ਹੁੰਦਾ ਸੀਗਾ ਅੱਜ ਮੈਂ ਸਟੈਂਡ 'ਤੇ ਲਾ ਕੇ ਵਧੀਆ ਤਰੀਕੇ ਨਾਲ ਕੈਮਰਾ ਅਤੇ ਫਿਰ ਵੀਡੀਓ ਬਣਾਉਣੀ ਹੈ ਅਤੇ ਬਾਕੀ ਆਹ ਸੀ ਸਾਡੀ ਪੰਜਾਬੀ ਅਤੇ ਹਿੰਦੀ 'ਚ ਟਰਾਂਸਲੇਟ ਹਿੰਦੀ ਮੈਨੂੰ ਥੋੜ੍ਹੀ ਬਹੁਤੀ ਘੱਟ ਹੀ ਆਉਂਦੀ ਹੈ ਪਰ ਫਿਰ ਵੀ ਜੇ ਕੋਈ ਕਮੀ ਪੇਸ਼ੀ ਰਹਿ ਜੇ ਤਾਂ ਤੁਸੀਂ ਜ਼ਰੂਰ ਦੱਸਣਾ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਕਹਿਣਾ ਵੀ ਜੇ ਕੋਈ ਵੀ ਕਮੀ ਪੇਸ਼ੀ ਤੁਹਾਨੂੰ ਲੱਗਦੀ ਹੈ ਤਾਂ ਮੈਨੂੰ ਜ਼ਰੂਰ ਦੱਸੋ ਕਿਉਂਕਿ ਤੁਸੀਂ ਸਾਡੀ ਫੈਮਿਲੀ ਹੋ ਸਾਡਾ ਪਰਿਵਾਰ ਹੋ ਅਤੇ ਪਰਿਵਾਰ ਸਮਝਾਉਣ ਵਾਸਤੇ ਦੱਸਣ ਵਾਸਤੇ ਹੀ ਹੁੰਦਾ ਕੋਈ ਇੱਕ ਪਰਿਵਾਰ 'ਚ ਜਿਵੇਂ ਫੈਮਿਲੀ ਮੈਂਬਰ 'ਚ 10 ਜਣੇ ਰਹਿੰਦੇ ਆ ਜੇ ਕੋਈ ਇੱਕ ਵੀ ਗਲਤੀ ਕਰਦਾ ਜਾਂ ਕੁਛ ਵੀ ਕਰਦਾ ਦੂਜਾ ਮੈਂਬਰ ਉਹਨੂੰ ਕਹਿੰਦਾ ਆਹ ਕੰਮ ਤੂੰ ਐਂ ਕਰਨਾ ਸੀ ਆਹ ਇਹ ਕਰਨਾ ਸੀ ਬਸ ਉਹੀ ਗੱਲ ਹੈ ਅਤੇ ਤੁਸੀਂ ਆਪਣਾ ਪਰਿਵਾਰ ਹੋ ਫੈਮਿਲੀ ਹੋ ਅਤੇ ਜੇ ਕੋਈ ਵੀ ਕਮੀ ਪੇਸ਼ੀ ਹੁੰਦੀ ਹੈ ਤਾਂ ਤੁਸੀਂ ਸਾਨੂੰ ਜ਼ਰੂਰ ਦੱਸੋ ਅਤੇ ਹਿੰਦੀ ਸਾਡੀ ਥੋੜ੍ਹੀ ਹੈਗੀ ਹੈ ਠੀਕ ਠਾਕ ਅਤੇ ਹਿੰਦੀ ਬਾਰੇ ਤੁਸੀਂ ਸਾਨੂੰ ਸਿਖਾ ਦਿਆ ਕਰੋ ਪੰਜਾਬੀ ਅਸੀਂ ਤੁਹਾਨੂੰ ਸਿਖਾ ਦਾਂਗੇ ਅਤੇ ਹਿਸਾਬ ਬਰਾਬਰ ਬਾਕੀ ਦਾ ਵਲੋਗ ਆਪਾਂ ਕਰਦੇ ਕੰਟੀਨਿਊ ਅੱਜ ਕੀ ਕੁਛ ਕਰਦੇ ਕੀ ਨਹੀਂ ਦੁਪਹਿਰ ਦਾ 1 ਵਜੇ ਪਏ ਵਿਹਲੇ ਬੈਠੇ ਸੀਗੇ ਮੈਂ ਚਲੋ 4 ਕੁ ਅੱਖਰ ਪੰਜਾਬੀ ਦੇ ਸਿਖਾ ਦਈਏ ਕਿਸੇ ਨੂੰ ਕੁਛ ਸਿੱਖ ਲੈਂਦਾ ਸਾਡੇ ਹੁੰਦੇ ਕੀ ਹੁੰਦਾ ਕਿਸੇ ਨੂੰ ਕੋਈ ਫਾਇਦਾ ਹੋ ਜਾਵੇ ਸਿੱਖ ਲਏ ਵਿਚਾਰਾ 2 ਅੱਖਰ ਪੰਜਾਬੀ ਦੇ ਅਤੇ ਲਿਖਣੀ ਤਾਂ ਮੈਨੂੰ ਵੀ ਘੱਟ ਹੀ ਆਉਂਦੀ ਹੈ ਵੈਸੇ ਅਤੇ ਬੋਲ ਆਪਾਂ ਪੂਰੀ ਲੈਂਦੇ ਹਾਂ ਕਿਉਂਕਿ 7-8 ਸਾਲ ਹੋ ਗਏ ਹੁਣ ਪੰਜਾਬ 'ਚ ਤਾਂ ਪੰਜਾਬੀ ਤਾਂ ਫਿਰ ਆਊਗੀ ਹੁਣ ਪੰਜਾਬ 'ਚ ਰਹਿ ਕੇ ਪੰਜਾਬੀ ਰਾਜ ਤਾਂ ਫਿਰ ਆਊਗੀ ਕਦੋਂ 3:30 ਵਜ ਗਏ ਅਤੇ ਅੱਜ ਲੱਗੇ ਨੇ ਅਸੀਂ ਕਾਫੀ ਸਾਫ਼ ਸਫਾਈ ਕਰਨ ਅਤੇ ਦੁਕਾਨ ਨੂੰ ਪੂਰੇ ਵਧੀਆ ਸ਼ੌਕ ਨਾਲ ਧੋਤਾ ਸੀ ਸ਼ੈਂਪੂ ਸਰਫ ਅਤੇ ਕੀ ਕਹਿੰਦੇ ਨੇ ਫਰੈਲ ਸਾਰਾ ਕੁਛ ਪਾ ਕੇ ਛਿੜਕ ਕੇ ਚੰਗੀ ਤਰ੍ਹਾਂ ਧੋਤਾ ਅਤੇ ਦੁਕਾਨ ਦੀ ਗੱਲ ਬਣਾਤੀ ਅਸੀਂ ਧੋ ਧੂ ਕੇ ਚਮਕਾਤਾ ਫਰਸ਼ ਸਾਰਾ ਆਹ ਦਰਵਾਜ਼ੇ 'ਤੇ ਵੀ ਕੱਪੜਾ ਕੁਪੜਾ ਗਿੱਲਾ ਕਰਕੇ ਮਾਰਤਾ ਧੋਤਾ ਕਾਊਂਟਰ ਵੀ ਧੋਤਾ ਸਾਰਾ ਚੰਗੀ ਤਰ੍ਹਾਂ ਉਹ ਗੁੱਡੂ ਕਹਾਂ ਜਾ ਰਿਹਾ ਤੂੰ ਕਿੱਧਰ ਜਾਂਦੀ ਹੈ ਲੈ ਦੇਖੀ ਤੂੰ ਕਿੱਧਰ ਜਾਂਦਾ ਓਏ ਮੈਂ ਛੱਤ 'ਤੇ ਵੈਸੇ ਗੇੜਾ ਮਾਰਨ ਆਇਆ ਸੀਗਾ ਤਾਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਆਪਣੇ ਘਰ ਦੇ ਮਗਰਲੀ ਸੜ ਮੈਨੂੰ 11:59 ਅਤੇ 855 ਦੀ ਆਵਾਜ਼ ਸੁਣੀ ਮੈਂ ਕਿਹਾ ਕਿੱਧਰ ਫਿਰਦੇ ਆ ਆਪਣੇ ਘਰ ਦੇ ਮਗਰਲੀ ਸੜ ਜਿਹੜੇ ਖੇਤ ਆ ਉਹ ਜਮਾਂ ਖਾਲੀ ਹੋ ਗਏ ਕਣਕ ਵੱਢਤੀ ਤੂੜੀ ਬਣਾਤੀ ਅਤੇ 855 ਦਾ 11:59 ਗੇਂਦ ਬੱਲਾ ਖੇਡਦੇ ਫਿਰਦੇ ਨਾਲ 2 ਮੁੰਡੇ ਹੋਰ ਆ ਉਹ ਭੱਜੇ ਫਿਰਦੇ ਬਾਹਰ ਵਧੀਆ ਖੁੱਲ੍ਹਾ ਥਿਆ ਗਿਆ ਉਹਨਾਂ ਨੂੰ ਖੇਡਣ ਨੂੰ ਹੁਣ ਕਈ ਦਿਨ ਇੱਥੇ ਖੇਡਿਆ ਕਰਨਗੇ 1 ਮਹੀਨਾ ਜੱਜ ਕੇ ਆ ਗਿਆ ਜੀ ਮੇਰਾ ਪਹਿਲਾ ਗੋਲਗੱਪਾ ਅਤੇ ਗੋਲਗੱਪਾ ਦੇਖ ਕੇ ਕਿਹੜੀ ਕਿਹੜੇ ਪਾਣੀ 'ਚ ਲੂਆ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮੇਰੇ ਤਾਂ ਆ ਗਿਆ ਮੈਂ ਫਟਾਫਟ ਖਾ ਲਾ ਹੁਣ ਉਹ ਪੈਰਾਂ 'ਚ ਮਾਰਨਾ ਤੂੰ ਤਾਂ ਪਾਸੇ ਦੀ ਟਪਾ ਦੀ ਅਤੇ ਲੱਲਾ ਘੁੱਟ ਖੇਡੀ ਜਾਂਦੇ ਇਹ ਤਾਂ ਡੁੱਗੂ ਦੇ ਕੰਮ ਚੈੱਕ ਕਰੋ ਕਿਵੇਂ ਗਰੇਟਾ ਟੇਡੀਆਂ ਮੇਡੀਆਂ ਚਣੀ ਬੈਠੀ ਕਹਿੰਦੀ ਰੇਸ ਲਾਉਣੀ ਇਹਨਾਂ 'ਚ ਮੈਂ ਚਲਾ ਚੱਲੀ ਥੱਲੇ ਉੱਪਰ ਨਹੀਂ ਐਡੀ ਛੇਤੀ ਥੱਕ ਵੀ ਗਿਆ
ਗੇੜਾ ਤਾਂ ਇੱਕ ਲਾਇਆ ਸਰ ਮੇਰੀ ਲੱਤ ਦੱਸਦੀ ਆ ਬਾਨੀ ਬਾਨੀ ਦੇਖ ਬਾਨੀ ਇੰਨੇ ਬਾਨੇ ਕਿੱਥੋਂ ਸਿੱਖਦਾ ਤੂੰ ਲੱਤ ਦੱਸ ਓ ਦੇਖ ਇੰਨੇ ਬਾਨੇ ਕਿੱਥੋਂ ਸਿੱਖਦਾ ਹੈ ਆ ਜਾ ਫਿਰ ਆ ਜਾ ਚੱਕ ਦੋਨੇ ਲੱਤਾਂ ਦੱਸਦੀਆਂ ਇਹਦੇ ਕੰਮ ਚੱਕਰ ਲਓ ਕਹਿੰਦੀ ਲੱਤਾਂ ਦੁਖਦੀਆਂ ਮੇਰੀਆਂ ਦੋਨੇ ਮੈਨੂੰ ਚੱਕ ਕੇ ਥੱਲੇ ਲੈ ਕੇ ਜਾਓ ਬੜਾ ਸਿਆਣਾ ਬੰਦਾ ਹੈ ਤੇਜ਼ ਬਣਤਾ ਹੈ ਤੇਜ਼ ਛੋਰਾ ਰਾਤ ਦੇ 10 ਵਜ ਗਏ ਤੇ ਦੁਕਾਨ ਅਸੀਂ ਵਧਾ ਤੀ ਮਾਰ ਬੂਰ ਲਾਤਾ ਬਜੀ ਚਲਾ ਗਿਆ ਘਰੇ ਆ ਸੀ ਸਾਡੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਕਰਦੇ ਇੱਥੇ ਐਂਡ ਜੀ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਦੇ ਚੈਨਲ ਨੂੰ ਪਹਿਲੇ ਸਬਸਕ੍ਰਾਈਬ ਕਰ ਲਈ ਫਿਰ ਮਿਲਾਂਗੇ ਬਾਏ ਇੱਕ ਪਿਛਲੀ ਵੀਡੀਓ ਬਾਈ ਨੇ ਆਪਾਂ ਨੂੰ ਚੈਲੰਜ ਦਿੱਤਾ ਕਹਿੰਦੇ ਵੀ 100 ਰੁਪਏ ਨਾਲ ਪੂਰਾ ਦਿਨ ਕੱਢਣਾ ਤੁਸੀਂ ਮੰਨ ਲਓ 24 ਘੰਟੇ ਕੱਢਣੇ ਆ ਦਿਨ ਰਾਤ ਇੱਕ 100 ਰੁਪਏ ਨਾਲ ਅਤੇ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਹੈ 100 ਰੁਪਏ ਨਾਲ ਦਿਨ ਕੱਢਣਾ 100 ਤਾਂ ਅਸੀਂ 2-4 ਘੰਟੇ ਜੀ ਲਾ ਦਿੰਦੇ ਅਤੇ ਬਾਕੀ ਚਲੋ ਸਵੇਰੇ ਦੇਖਾਂਗੇ ਕੱਢ ਕੇ ਜੇ 100 ਰੁਪਏ ਨਾਲ ਦਿਨ ਨਿਕਲਦਾ ਹੋਇਆ ਤਾਂ ਕੋਸ਼ਿਸ਼ ਕਰਾਂਗੇ ਅਤੇ ਬਾਕੀ ਚਲੋ ਦੇਖਦੇ ਕੀ ਬਣਦਾ ਅਤੇ ਬਾਏ ਟਾਟਾ ਗੁੱਡ ਨਾਈਟ ਅਤੇ ਸੌ ਜਾਓ ਅਤੇ ਜੇ ਦਿਨ ਹੈ ਤਾਂ ਜਾਗ ਲਓ ਕੰਮ ਧੰਦੇ ਕਰ ਲਓ ਉੱਠ ਲਓ ਅਤੇ ਜੇ ਵਿਹਲੇ ਤਾਂ ਦੇਖ ਲਓ 4 ਮਿੰਟ ਆਪਣੀ ਵੀਡੀਓ ਟਾਈਮ ਪਾਸ ਹੋ ਜੂ ਤੁਹਾਡਾ ਬਾਏ ਬਾਏ ਗੁੱਡ ਨਾਈਟ ਟਾਟਾ ਇਹਨੇ 3-4 ਰੋਟੀਆਂ ਖਾ ਲਈਆਂ ਅਤੇ ਖੜ ਜਾਓ ਪਤਾ ਇਹਨੇ 3-4 ਰੋਟੀਆਂ ਖਾ ਲਈਆਂ ਅਤੇ ਫਿਰ ਰੋਟੀਆਂ ਦੇ ਦੁਆਲੇ ਖੜ੍ਹਾ